सौन दा महीना बेशक हुण खत्म होण जा रहा पर इस महीने लगन वाले तीज मेले हाले भी जा रहे हैं। बरनाला दे विच हरियाली तीज दीआं रौणकां वेखण नूं मिले जिथे मुटियारां सज तज के गिद्दा पाउंदियां दिखाई दित्तियां। महिलावां लई सौन दा महीना बेहद खास मनिया जांदा है क्योंकि इस महीने काफी त्यौहार आउंदे ने ते इन्हां विचों एक त्यौहार है हरियाली तीज। इस त्यौहार ते मुटियारां मेहंदी लगाउंदियां ने ते रीज नाल तैयार भी हुंदियां ने ते कुछ अजिहा ही नज़ारा बरनाला दे विच वेखण नूं भी मिलिया। हर वर्ग दीआं महिलावां तीज दे उस त्यौहार दे रंग विच रंगीआं नज़र आईआं। तुसीं तस्वीरां जरिए देख सकदे हो कि किस तरीके नाल मुटियारां सज धज के गिद्दा पा रहीआं ने। ਜੀ ਪੂਰਾ ਇੰਜੋਏ ਕੀਤਾ। ਇੰਨੀ ਗਰਮੀ ਦੇ ਬਾਵਜੂਦ ਲੋਕਾਂ ਦੇ ਪਸੀਨੇ ਚੋ ਰਹੇ ਸੀ ਪਰ ਉਹਦੇ ਵਿੱਚ ਵੀ ਸਾਰਿਆਂ ਨੇ ਪੂਰਾ ਇੰਜੋਏ ਕੀਤਾ। ਬੋਲੀਆਂ ਪਾਈਆਂ, ਅਸੀਂ ਆਪਣੇ ਬਚਪਨ ਦੀਆਂ ਯਾਦਾਂ ਸਾਨੂੰ ਤਾਜ਼ੀਆਂ ਹੋ ਗਈਆਂ। ਅਸੀਂ ਇੰਨੇ ਟੱਪੇ, ਬੋਲੀਆਂ, ਨੱਚੇ, ਗਾਏ ਅਤੇ ਪੂਰੇ ਭੰਗੜੇ ਨਾਲ ਪੂਰਾ ਇੰਜੋਏ ਕੀਤਾ ਅਤੇ ਪੁਰਾਣੇ ਆਪਣੇ ਦੋਸਤਾਂ, ਸਹੇਲੀਆਂ, ਮਿੱਤਰਾਂ ਨੂੰ ਮਿਲੇ, ਗੋਲ ਗੱਪੇ ਖਾਧੇ, ਪੀਂਘਾਂ ਝੁੱਟੀਆਂ, ਸਾਰੇ ਆਪਣਾ ਜਾਤ ਪਾਤ ਭੁੱਲ ਕੇ ਇਕੱਠੇ ਹੋਏ, ਇੰਜੋਏ ਖੂਬ ਕੀਤਾ। ਹੈਪੀ ਤੀਜ, ਹਿਪ ਹਿਪ ਹੁਰੇ। ਮੁਟਿਆਰਾਂ ਨੂੰ ਇਸ ਤਿਉਹਾਰ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਕਿਉਂਕਿ ਇਸ ਮੌਕੇ ਵਿਆਹੀਆਂ ਕੁੜੀਆਂ ਸਹੁਰਿਆਂ ਤੋਂ ਪੇਕਿਆਂ ਘਰ ਆਉਂਦੀਆਂ ਨੇ ਤੇ ਆਪਣੀਆਂ ਸਹੇਲੀਆਂ ਨੂੰ ਮਿਲਦੀਆਂ ਨੇ। ਮੈਂ ਬਹੁਤ ਇੰਜੋਏ ਕੀਤਾ ਇੱਥੇ। ਮੇਰੇ ਵਿਆਹ ਤੋਂ ਬਾਅਦ ਪਹਿਲਾਂ ਹੀ ਤੀਜ ਦਾ ਤਿਉਹਾਰ ਆਇਆ ਤੇ ਮੈਂ ਆਪਣਾ ਵਿਆਖਿਆਨ ਨਾ ਇੱਕ ਗੀਤ ਦੇ ਥਰੂ ਕਰੂੰਗੀ। ਸਾਡੇ ਤਾਂ ਵੇੜੇ ਵਿੱਚ ਮੁੱਢ ਮਕਈ ਦਾ, ਸਾਡੇ ਤਾਂ ਵੇੜੇ ਵਿੱਚ ਮੁੱਢ ਮਕਈ ਦਾ, ਦਾਣੇ ਤਾਂ ਮੰਗਦਾ ਉਦੜ ਚਿੜੀਆਂ ਜੋ ਵਿਆਹ ਤੋਂ ਬਾਅਦ ਸਹੁਰੇ ਘਰ ਚਲੀਆਂ ਜਾਂਦੀਆਂ ਉਹਨਾਂ ਨੂੰ ਇੱਕ ਇਹ ਸਾਵਨ ਦਾ ਜਿਹਨੂੰ ਸਿੱਲਾ ਸਲਾਬਾ ਮੌਸਮ ਕਹਿੰਦੇ ਹਾਂ ਉਹਦੇ ਵਿੱਚ ਆਪਣੇ ਪੇਕੇ ਘਰ ਆਉਂਦੀਆਂ ਨੇ, ਆਪਣੇ ਭੈਣ ਭਾਈਆਂ ਨਾਲ, ਭਰਜਾਈਆਂ ਨਾਲ ਹੱਸਦੀਆਂ ਖੇਡਦੀਆਂ ਨੇ ਔਰ ਆਪਣਾ ਜਿਹੜਾ ਸਸੁਰਾਲ ਵਿੱਚ ਬਿਤਾਇਆ ਸਮਾਂ ਉਹਨੂੰ ਸ਼ੇਅਰ ਕਰਦੀਆਂ ਨੇ, ਯਾਦ ਕਰਦੀਆਂ ਨੇ ਔਰ ਆਪਣੇ ਮਾਇਕੇ ਘਰ ਨੂੰ ਚਿੜੀਆਂ ਦੇ ਚੰਬੇ ਵਾਂਗੂ ਜਗਮਗਾਉਂਦੀਆਂ ਨੇ। ਜਾਤ ਪਾਤ ਤੋਂ ਉੱਠਦੇ ਉੱਠ ਕੇ ਇਹ ਤਿਉਹਾਰ ਇਕਜੁੱਟਤਾ ਨੂੰ ਦਰਸਾਉਂਦਾ ਹੈ ਤੇ ਖੁਸ਼ੀਆਂ ਭਰਿਆ ਇਹ ਰੰਗ ਬਿਰੰਗਾ ਤਿਉਹਾਰ ਸਭ ਦੇ ਚਿਹਰਿਆਂ ਤੇ ਰੌਣਕਾਂ ਲਿਆਉਂਦਾ ਹੈ। ਬਰਨਾਲਾ ਤੋਂ ਦਵਿੰਦਰ ਸ਼ਰਮਾ ਦੀ ਰਿਪੋਰਟ, ਜ਼ੀ ਮੀਡੀਆ।